ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਸੰਸਥਾ ਦੀ ਜਿਹੜੀ ਡਿਊਟੀ ਲਾਈ ਆ ਸਾਡੇ ਸੱਚੇ ਪਾਤਸ਼ਾਹ ਨੇ, ਗੁਰੂ ਮਹਾਰਾਜ ਨੇ ਮਿਹਰ ਕਰੀ ਆ, ਅਸੀਂ ਵਾਰਸ ਬੰਦਿਆਂ ਦਾ ਇਲਾਜ ਕਰਾਉਂਦੇ ਹਾਂ ਜਿਹੜੇ ਸੜਕਾਂ 'ਤੇ ਘੁੰਮਦੇ ਆ ਬੜੀ ਮਾੜੀ ਹਾਲਤ, ਜਾਂ ਘਰੋਂ ਗੁੰਮੇ ਹੋਏ, ਜਾਂ ਵਿਚਾਰੇ ਸਮਾਜ ਦੇ ਨਿਗਲੈਕਟ ਕੀਤੇ ਹੋਏ, ਪਰਿਵਾਰ ਦੇ ਨਿਗਲੈਕਟ ਕੀਤੇ ਹੋਏ ਪਰਸਨ ਆ, ਉਹਨਾਂ ਦਾ ਅਸੀਂ ਇਲਾਜ ਕਰਾਉਂਦੇ ਹਾਂ ਆਪਣੇ ਕੋਲ ਰੱਖ ਕੇ ਮਨੁੱਖਤਾ ਦੀ ਸੇਵਾ ਸੁਸਾਇਟੀ। ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਮੈਂ ਗੁਰਪ੍ਰੀਤ ਸਿੰਘ, ਇਹ ਵੀਰ ਆਪਣਾ ਨਾਮ ਸਤੀਸ਼ ਦੱਸਦਾ ਵਾ, ਜਿਹੜੇ ਨਾਲ ਬੈਠੇ ਆ ਵੀਰ, ਇਹਦਾ ਦਰਸ਼ਨ ਨਾ ਸਾਡਾ ਮਿਸਤਰੀ ਹੈ ਵੀਰ, ਆ ਬਿਲਡਿੰਗ ਜਿਹੜੀ ਤੁਸੀਂ ਪਿੱਛੇ ਬਣਦੀ ਦੇਖਦੇ ਹੋ ਉਹ ਮਿਸਤਰੀ ਵੀਰ ਸਾਡਾ, ਕਾਫੀ 2-3-4 ਮਹੀਨਿਆਂ ਤੋਂ ਸਾਡੇ ਨਾਲ ਜੁੜਿਆ ਹੋਇਆ ਕੰਮ ਕਰਦਾ, ਇਹਦਾ ਪਿੰਡ ਦੇਤਾ ਵਾਲਾ ਵੀਰ ਦਾ ਮੈਨੂੰ ਫੋਨ ਆਇਆ ਅੱਜ ਸਵੇਰੇ, ਉਹ ਵੀ ਸਾਡੇ ਪਿੰਡ ਇੱਕ ਬੰਦਾ ਇੱਦਾਂ ਫਿਰਦਾ, ਕਿਸੇ ਨੇ ਇਹਨਾਂ ਨੂੰ ਦੱਸਿਆ ਵੀ ਉਹ ਮੁੰਡਾ ਨੌਜਵਾਨ ਆ, ਪੰਜਾਬੀ ਬੋਲਦਾ, ਬੜੀ ਮਾੜੀ ਹਾਲਤ 'ਚ ਆ, ਤਾਂ ਉਹ ਵੀਰ ਨੇ ਚਲੋ ਸਾਨੂੰ ਫੋਟੋਆਂ ਭੇਜੀਆਂ, ਤਾਂ ਅਸੀਂ ਹੁਣ ਇਹ ਵੀਰ ਨੂੰ ਕਿਹਾ ਵੀ ਤੁਸੀਂ ਸਾਡੀ ਸੰਸਥਾ 'ਤੇ ਲੈ ਕੇ ਆ ਜਾ ਇਹਨੂੰ, ਤਾਂ ਦਰਸ਼ਨ ਹੁਣ ਲੈ ਕੇ ਪਹੁੰਚਿਆ ਇਸ ਵੀਰ ਨੂੰ। ਇਹ ਵੀਰ ਆਪਣਾ ਨਾਮ ਸਤੀਸ਼ ਦੱਸਦਾ, ਅਹਿਮਦਗੜ੍ਹ ਮੰਡੀ ਦੇ ਕੋਲ ਕੋਈ ਪਿੰਡ ਦੱਸਦਾ, ਇਹ ਦੱਸਦਾ ਜਿਵੇਂ ਇਹਨੂੰ ਪਤਾ ਲੱਗਦਾ ਇਹਦੀ ਯਾਦਾਸ਼ਤ ਗਈ ਹੋਈ ਆ ਵੀਰ ਦੀ, ਅਤੇ ਇਹਨੂੰ ਪੂਰਾ ਨਾਂ ਨਹੀਂ ਪਤਾ ਲੱਗਦੇ, ਭਰਾਵਾਂ ਦੇ ਨਾਂ ਨਹੀਂ ਪਤਾ ਲੱਗਦੇ, ਭੁੱਲ ਜਾਂਦਾ। ਪੰਜ ਭਰਾ ਦੱਸਦਾ ਇਹ, ਇੱਕ ਮਦਨ ਆ, ਇੱਕ ਸਤੀਸ਼ ਆ, ਇੱਕ ਨਾਂ ਦੱਸਦਾ ਇਹ ਰਾਮਦੇਵ, ਜਾਣੀ ਕਿ ਅਲੱਗ ਅਲੱਗ ਬਦਲ ਜਾਂਦੇ ਨਾਂ, ਕਈ ਵਾਰੀ ਭੁਲੇਖਾ ਪੈ ਜਾਂਦਾ ਜਿੱਦਾਂ ਇਹਨਾਂ ਨੂੰ। ਬਾਪ ਦਾ ਨਾਮ ਇਹ ਆਪਣੇ ਦੱਸਦੇ ਨੇ, ਕੀ ਦੱਸਦੇ ਬਾਪ ਦਾ ਨਾਮ, ਪਿਤਾ ਜੀ ਦਾ ਨਾਮ? ਡੈਡੀ ਦਾ ਨਾਮ ਪਤਾ ਨੀ ਤੁਹਾਨੂੰ? ਕੀ ਨਾਮ ਦੱਸਿਆ ਜੀ? ਭੁੱਲ, ਕੀ ਨਾਮ ਦੱਸਿਆ ਜੀ? ਦਰਸ਼ਨ ਮੈਂ ਆਪ ਭੁੱਲ ਗਿਆ, ਮੈਂ ਕਹਿਣ ਲੱਗਿਆ ਜੀ ਵੀ ਲੈ, ਜਾਣੀ ਕਿ ਇਹਨਾਂ ਨੇ ਪਿਤਾ ਜੀ ਦਾ ਨਾਂ ਆਪਣੇ ਦਾ ਜਿਹੜਾ ਦੱਸਿਆ ਸੀਗਾ, ਉਹ ਵਾਰ ਵਾਰ ਇਹਨਾਂ ਨੂੰ ਯਾਦ ਨਹੀਂ ਆਉਂਦਾ ਪੁੱਛਣ 'ਤੇ, ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਇਸ ਵੀਰ 'ਤੇ, ਜੇ ਇਹ ਇਹਨਾਂ ਨੂੰ ਇਹਦੀ ਯਾਦਾਸ਼ਤ ਆ ਜਾਵੇ, ਹੁਣ ਇਹਨਾਂ ਦਾ ਇਲਾਜ ਜਿਹੜਾ ਅਸੀਂ ਸ਼ੁਰੂ ਕਰਵਾਵਾਂਗੇ। ਤੁਸੀਂ ਦੇਖ ਸਕਦੇ ਹੋ ਬੜੀ ਮਾੜੀ ਹਾਲਤ 'ਚ ਆ ਵੀਰ ਸਤੀਸ਼, ਅਤੇ ਹੱਥਾਂ ਪੈਰਾਂ ਦੀ ਸਿਰ ਦੇ ਉੱਤੇ ਕਿੰਨੀਆਂ ਸੱਟਾਂ ਦੇਖੋ ਕਿਵੇਂ ਲੱਗੀਆਂ ਹੋਈਆਂ। ਕਿਹੜੀ ਬਾਂਹ 'ਤੇ ਨਾਂ ਲਿਖਿਆ? ਕਿਹੜੀ ਬਾਂਹ 'ਤੇ? ਆਰਾਮ ਨਾਲ, ਆਰਾਮ ਨਾਲ, ਆਰਾਮ ਨਾਲ। ਰਾਤ ਬਰਾਤੇ ਕਿਤੇ ਡਿੱਗ ਪਿਆ, ਬਾਹਰ ਹੀ ਡਿੱਗ ਪਿਆ ਸਾਡਾ ਬੱਚਾ। ਸਿਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ, ਕਾਫੀ ਜੇ ਅਸੀਂ ਐਗਜ਼ਾਮਿਨ ਕੀਤੀ ਬੋਡੀ, ਇਹਨਾਂ ਦੀ ਹੋਰ ਵੀ ਸੱਟਾਂ ਹੋ ਸਕਦੀਆਂ। ਤਾਂ ਵੀਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਕੱਪੜਿਆਂ ਦੀ ਹਾਲਤ, ਨੇੜਿਓ ਆ ਕੇ ਕੱਟੇ ਦਿਖਾਓ। ਤਾਂ ਵੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਵਿਚਾਰੇ ਦੇ ਕੱਪੜੇ ਪਾਏ ਹੋਏ ਆ, ਪੈਂਟ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿੱਦਾਂ, ਤਾਂ ਉਹਨਾਂ ਨੂੰ ਰੱਸੀਆਂ ਦੇ ਨਾਲ ਬੰਨ ਕੇ, ਜਿਹੜੇ ਕਿ ਇੱਦਾਂ ਹੀ ਵੀਰ ਇਹ ਘੁੰਮ ਰਿਹਾ ਸੀਗਾ। ਪਤਾ ਨਹੀਂ ਕਿੰਨੇ ਸਮੇਂ ਤੋਂ ਇਹ ਵੀਰ ਕਿੱਧਰੋਂ ਕਿੱਧਰੋਂ ਘੁੰਮਦਾ ਹੋਇਆ ਇਹ ਇੱਥੇ ਪਹੁੰਚਿਆ, ਦੇਤਵਾਲ ਪਿੰਡ। ਦੇਤਵਾਲ ਪਿੰਡ ਤੋਂ ਸਾਨੂੰ ਜਦੋਂ ਦੱਸਿਆ ਵੀਰ ਨੇ ਤਾਂ ਪਤਾ ਕੀਤਾ, ਤਾਂ ਸਾਡੇ ਕੋਲ ਛੱਡਣ ਆਇਆ ਵੀਰ ਇਹ, ਅਤੇ ਸੱਚੇ ਪਾਤਸ਼ਾਹ ਮਿਹਰ ਕਰਨੇ ਵੀਰ ਠੀਕ ਹੋ ਜਾਵੇ, ਇਹਨੂੰ ਕੋਈ ਪਛਾਣ ਲਵੇ, ਇਹਦਾ ਪਰਿਵਾਰਕ ਮੈਂਬਰ ਦੇਖ ਲਵੇ, ਅਤੇ ਜੇ ਕੋਈ ਜਾਣਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਵੀ ਜ਼ਰੂਰ ਕਰੇ। ਸਾਡਾ ਨੰਬਰ 97-800-3-0-71 ਨੰਬਰ ਆ ਜੀ, ਅਤੇ ਇਸ ਵੀਰ ਨੂੰ ਜ਼ਰੂਰ ਇਹਦੇ ਘਰ ਦੇ ਵਿੱਚ ਪਹੁੰਚਣ ਦੇ ਵਿੱਚ ਮਦਦ ਕਰੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇਹ ਵੀਰ ਆਪਣੇ ਪਰਿਵਾਰ 'ਚ ਪਹੁੰਚ ਸਕੇ। ਅਤੇ ਅਹਿਮਦਗੜ੍ਹ ਮੰਡੀ ਏਰੀਆ ਦੱਸਦਾ ਪਰ ਪਿੰਡ ਨਹੀਂ ਦੱਸ ਪਾ ਰਿਹਾ। ਪਿਤਾ ਜੀ ਦਾ ਨਾਮ ਯਾਦ ਆਇਆ ਹੁਣ? ਕੀ ਹੈ ਹੁਣ?
ਉਹਨੇ ਦੱਸਿਆ ਜੀ ਜੱਜੇ ਨਾਂ ਤੇ ਕੋਈ ਜੱਜੇ ਨਾਮ ਤੇ ਸੀਗਾ ਦਾਸ ਦੱਸਿਆ ਜੀ ਲਾਲ ਜੱਜੇ ਨਾਂ ਤੇ ਸੀਗਾ ਜੀ ਕੋਈ ਯਾਨੀ ਕਿ ਇਹਨਾਂ ਨੂੰ ਬਹੁਤ ਯਾਦ ਕਰਨ ਤੇ ਵੀ ਨਾਮ ਨਹੀਂ ਯਾਦ ਹੁੰਦਾ ਜਿਵੇਂ ਯਾਦਾਸ਼ਤ ਇਹਨਾਂ ਦੀ ਗਈ ਹੁੰਦੀ ਆ ਤਾਂ ਬੜੀਆਂ ਇਹ ਯਾਨੀ ਕਿ ਟੁੱਟਵੀਆਂ ਜਿਹੀਆਂ ਗੱਲਾਂ ਕਰਦੇ ਆ ਇਹ ਪਤਾ ਨਹੀਂ ਲੱਗਦਾ ਇਹਨਾਂ ਨੂੰ ਵੀ ਕੀ ਕਹਿਣਾ ਕਿੱਦਾਂ ਕੀ ਗੱਲ ਕਰਨੀ ਆ ਸੱਚੇ ਪਾਤਸ਼ਾਹ ਮਿਹਰ ਕਰਨੇ ਆਪਦੇ ਪਰਿਵਾਰ 'ਚ ਪਹੁੰਚ ਸਕੇ ਜਾਂ ਇਹਨਾਂ ਪਰਿਵਾਰ ਦਾ ਪਤਾ ਲੱਗ ਸਕੇ ਸਾਨੂੰ ਜੀ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਸਾਡੇ ਨੰਬਰ ਦੇ ਉੱਪਰ ਪੇਜ ਦੇ ਉੱਪਰ ਜਿਹੜੇ ਨੰਬਰ ਦਿੱਤੇ ਹੋਏ ਆ ਉਹਨਾਂ ਦੇ ਅਤੇ ਗੁਰੂ ਮਹਾਰਾਜ ਕਿਰਪਾ ਕਰਨ ਇਹ ਪਰਿਵਾਰ ਚ ਪਹੁੰਚ ਸਕੇ ਜੀ ਆਪਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।